ਮਾਨ ਸਾਹਿਬ ਕਹ ਰਹੇ ਨੇ ਕਿ ਹਿੱਸਾ ਨਹੀਂ ਕੀ ਰੈਟ ਰੇਸ ਦਾ ਮਤਲਬ ਕਿ ਰੈਟ ਰੇਸ ਮਤਲਬ ਇਹ ਇੰਗਲਿਸ਼ ਦਾ ਲਫਜ਼ ਹੋਣਾ ਦੱਸਿਆ ਕਿ ਮੈਂ ਕਿਸੇ ਰੇਸ ਦਾ ਘੋੜਾ ਨਹੀਂ ਜਾਂ ਮੈਂ ਕਿਸੇ ਰੇਸ ਦੇ ਵਿੱਚ ਨਸਦਾ ਨਹੀਂ ਨਾ ਕਿਸੇ ਨਾਲ ਮੈਂ ਮੁਕਾਬਲਾ ਕਰਨਾ ਮੇਰਾ ਕਿਸੇ ਨਾਲ ਕੰਪੈਰੀਜ਼ਾ ਨਾ ਕਰੋ ਕਿ ਕਿਸੇ ਨਾਲ ਮੈਨੂੰ ਨਾਲ ਲਾਓਗੇ ਕੀ ਕਰਦਾ ਕੀ ਨਹੀਂ ਨਾ ਮੈਂ ਸਾਦਾ ਜਿਹਾ ਬੰਦਾ ਵਾਂ ਚਾਲ ਅਰੇਬੀਆ ਮਤਲਬ ਸਾਦਗੀ ਵਾਲਾ ਬੰਦਾ ਵਾਂ ਸਾਦਗੀ ਪਸੰਦ ਆਦੀ ਮੈਂ ਸਾਦਗੀ ਚ ਰਹਿ ਕੇ ਆਪਣੇ ਕੰਮ ਕਰਨਾ ਵਾਂ ਤੋ ਵਾਕਿਆ ਨਾ ਠੀਕ ਹੈ ਯਾਰ ਕੋਈ ਨਾ ਨੇ ਹੋਰ ਵੀ ਕਿਹਾ ਕਿ ਮੈਂ ਚੰਨ ਵਾਂ ਤੇ ਦੀਵੇ ਸ਼ਿਵੇ ਯਾਨੀ ਕਿ ਲੋਕਾਂ ਵਾਂਗੂ ਐ ਫੜ ਫੜ ਤੜ ਤੜ ਜਿਵੇਂ ਤੇ ਹੀ ਇੱਥੇ ਆਪੜ ਗੀਆਂ ਚੰਨ ਮੈਂ ਫਲਾਂ ਨਹੀਂ ਕਰਦਿਆਂਗਾ ਮੈਂ ਟੀਂਗਲੀ ਕਰਦਿਆਂਗਾ ਮੈਂ ਫਲਾਂ ਵੀ ਕਰਦਿਆਂਗਾ ਉਹ ਸਾਬ ਤਾਂ ਬੰਨ ਨਹੀਂ ਦੱਸਿਆਗਾ ਉਹਨਾਂ ਨੇ ਕਿਹਾ ਮੈਂ ਬਿਲਕੁਲ ਸਾਦਾ ਜਿਹਾ ਬੰਦਾ ਹਾਂ ਤੇ ਨਾ ਮੈਨੂੰ ਕੋੜਿਆਂ ਨਾ ਲਾਓ ਉਹ ਖੋਤਿਆਂ ਨਾ ਮੈਨੂੰ ਨਰ ਲਾਓ ਮੈਂ ਇੱਕ ਸਾਦਾ ਜਿਹਾ ਬੰਦਾ ਹਾਂ ਠੀਕ ਹੈ ਤੇ ਗਦਾ ਗਦਾ ਹੁੰਦਾ ਹੈ ਤੇ ਬਾਪ ਬਾਪ ਹੁੰਦਾ ਹੈ ਤੁਹਾਨੂੰ ਵੀ ਪਤਾ ਬਿਲਕੁਲ ਐਵੇਂ ਗੱਲ